ਮੇਰਾ ਨਾਂ ਲਖਵਿੰਦਰ ਸਿੰਘ ਮੰਜਿਆਂ ਵਾਲੀ ਬੀਕੇ ਜੂ ਏਕਤਾ ਗੁਰਾਹਾਂ ਦਾ ਜ਼ਿਲ੍ਹਾ ਪ੍ਰਧਾਨ। ਅੱਜ ਸਾਡਾ ਤਰਨ ਤਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰੋਟੈਸਟ ਹੈ, ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ MSP ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਅਤੇ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਅਤੇ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਅਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ, ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ 'ਤੇ ਜਾਂ ਹੋਰ ਪੰਜਾਬ ਦੇ 4 ਥਾਵਾਂ 'ਤੇ ਰੋਕ ਕੇ ਉਹਨਾਂ 'ਤੇ ਮਤਲਬ ਲਾਠੀਚਾਰਜ ਕੀਤਾ ਗਿਆ, ਉਹਨਾਂ ਦੇ ਟੀਅਰ ਗੈਸ ਮਾਰੇ ਗਏ, ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਲੱਤਾਂ ਤੋੜ ਦਿੱਤੀਆਂ। ਉਹਦੇ ਰੋਸ ਵਜੋਂ ਅੱਜ ਬੀਕੇ ਜੂ ਏਕਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਉਹ ਲਾਗੂ ਕਰਨ। ਇਹ ਸਾਡਾ ਹੈਗਾ ਜੀ 12 ਤੋਂ 3 ਵਜੇ ਤੱਕ। ਅੱਜ ਅਸੀਂ ਵੱਲਾ ਫਾਟਕ ਅੰਮ੍ਰਿਤਸਰ ਜਲੰਧਰ ਜਿਹੜਾ ਮਾਰਗ ਕਿਹਦੇ ਨਾਲ ਇਹ ਆਪਣਾ ਰੋਸ ਪ੍ਰਦਰਸ਼ ਚੱਲੂਗਾ। ਦੇਖੋ ਜੀ ਆਪਣਾ ਜਿਹੜਾ ਰੋਸ ਆ ਇਹ ਮਤਲਬ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਨੇ, ਆਪਾਂ ਮਤਲਬ ਮਸਲਾ ਸਾਡਾ ਇੱਕੋ ਹੀ ਆ, ਮੰਗ ਇੱਕੋ ਹੀ ਆ। ਕਿਸੇ ਨੇ ਮਗਰੋਂ ਮੋਰਚਾ ਲਾ ਲਿਆ, ਕਿਸੇ ਨੇ ਪਹਿਲਾਂ ਲਾ ਲਿਆ, ਮਤਲਬ ਅਸੀਂ ਉਹਨਾਂ ਦੀ ਹਮਾਇਤ 'ਚ ਹੀ ਆ। ਆਉਣ ਵਾਲੇ ਸਮੇਂ 'ਚ ਅਸੀਂ ਵੀ ਪੰਜਾਬ ਦੇ ਵਿੱਚ 24 ਫਰਵਰੀ ਨੂੰ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਪੱਕਾ ਮੋਰਚਾ ਲਾ ਰਹੇ ਹਾਂ। ਮਸਲਾ ਇੱਕੋ ਹੀ ਆ, ਇਹ ਠੀਕ ਗੱਲਾਂ ਮਤਲਬ ਵੱਖ ਵੱਖ ਵਿਚਾਰਾਂ ਦੇ ਆ, ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਹੈ ਪੂਰੀ ਕਰਾਂਗੇ ਅੱਜ ਅਤੇ ਆਉਣ ਵਾਲੇ ਸਮੇਂ 'ਚ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਆ, ਅਗਲਾ ਐਕਸ਼ਨ ਜਿਹੜਾ ਫਿਰ ਲਿਖਿਆ ਅੱਜ 12 ਤੋਂ 3 ਵਜੇ। ਮੇਰਾ ਨਾਂ ਲਖਵਿੰਦਰ ਸਿੰਘ ਮੰਜਿਆਂ ਵਾਲੀ ਬੀਕੇ ਜੂ ਏਕਤਾ ਗੁਰਾਹਾਂ ਦਾ ਜ਼ਿਲ੍ਹਾ ਪ੍ਰਧਾਨ। ਅੱਜ ਸਾਡਾ ਤਰਨ ਤਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰੋਟੈਸਟ ਹੈ, ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ MSP ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਅਤੇ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਅਤੇ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਅਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ, ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ 'ਤੇ ਜਾਂ ਹੋਰ ਪੰਜਾਬ ਦੇ 4 ਥਾਵਾਂ 'ਤੇ ਰੋਕ ਕੇ ਉਹਨਾਂ 'ਤੇ ਮਤਲਬ ਲਾਠੀਚਾਰਜ ਕੀਤਾ ਗਿਆ, ਉਹਨਾਂ ਦੇ ਟੀਅਰ ਗੈਸ ਮਾਰੇ ਗਏ, ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਲੱਤਾਂ ਤੋੜ ਦਿੱਤੀਆਂ। ਉਹਦੇ ਰੋਸ ਵਜੋਂ ਅੱਜ ਬੀਕੇ ਜੂ ਏਕਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਉਹ ਲਾਗੂ ਕਰਨ। ਇਹ ਸਾਡਾ ਹੈਗਾ ਜੀ 12 ਤੋਂ 3 ਵਜੇ ਤੱਕ। ਅੱਜ ਅਸੀਂ ਵੱਲਾ ਫਾਟਕ ਅੰਮ੍ਰਿਤਸਰ ਜਲੰਧਰ ਜਿਹੜਾ ਮਾਰਗ ਕਿਹਦੇ ਨਾਲ ਇਹ ਆਪਣਾ ਰੋਸ ਪ੍ਰੋਟੈਸਟ ਚੱਲੂਗਾ। ਦੱਸ ਦੇ ਕਿ ਉਹਨਾਂ ਦੀ ਲੱਤਾਂ ਬਾਹਾਂ ਤੋਂ ਅੱਖਾਂ ਕੱਢੀਆਂ ਗਈਆਂ,
ਦੇਖੋ ਜੀ ਆਪਣਾ ਜਿਹੜਾ ਰੋਸ ਆ ਇਹ ਮਤਲਬ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਨੇ, ਆਪਾਂ ਮਤਲਬ ਮਸਲਾ ਸਾਡਾ ਇੱਕੋ ਹੀ ਆ, ਮੰਗ ਇੱਕੋ ਹੀ ਆ, ਕਿਸੇ ਨੇ ਮਗਰੋਂ ਮੋਰਚਾ ਲਾ ਲਿਆ, ਕਿਸੇ ਨੇ ਪਹਿਲਾਂ ਲਾ ਲਿਆ, ਮਤਲਬ ਅਸੀਂ ਉਹਨਾਂ ਦੀ ਹਮਾਇਤ 'ਚ ਹੀ ਆ। ਆਉਣ ਵਾਲੇ ਸਮੇਂ 'ਚ ਅਸੀਂ ਵੀ ਪੰਜਾਬ ਦੇ ਵਿੱਚ 24 ਫਰਵਰੀ ਨੂੰ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਪੱਕਾ ਮੋਰਚਾ ਲਾ ਰਹੇ ਹਾਂ। ਮਸਲਾ ਇੱਕੋ ਹੀ ਆ, ਇਹ ਠੀਕ ਹੈ ਗੱਲਾਂ ਮਤਲਬ ਵੱਖ ਵੱਖ ਵਿਚਾਰਾਂ ਦੇ ਆ, ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਹੈ ਪੂਰੀ ਕਰਾਂਗੇ ਅੱਜ, ਤੇ ਆਉਣ ਵਾਲੇ ਸਮੇਂ 'ਚ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਆ, ਅਗਲਾ ਐਕਸ਼ਨ ਜਿਹੜਾ ਫਿਰ ਲਿਖਿਆ ਅੱਜ 12 ਤੋਂ 3।